ਰੋਪੜ ਪੁਲਿਸ ਨੇ ਸੁਖਵਿੰਦਰ ਸਿੰਘ ਉਰਫ ਸੋਨੀ ਬਾਕਸਰ ਗਰੁੱਪ ਨਾਲ ਸੰਬੰਧਿਤ ਇੱਕ ਗੈਂਗਸਟਰ ਬਹਾਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ SPD BS ਰੰਧਾਵਾ ਨੇ ਦੱਸਿਆ ਹੈ ਕਿ ਰੂਪਨਗਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਗੈਂਗਸਟਰ ਬਹਾਦਰ ਸਿੰਘ ਨੂੰ ਪਟਵਾਰਖਾਨਾ ਨੇੜਿਓਂ ਕਾਬੂ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਦੀ ਤਲਾਸ਼ੀ ਦੌਰਾਨ ਇਸ ਦੇ ਕੋਲੋਂ ਇੱਕ ਪਿਸਤੌਲ, ਦੇਸੀ 32 ਬੋਰ, 6 ਕਾਰਤੂਸ ਜਿੰਦਾ ਅਤੇ 32 ਬੋਰ ਦੇ ਇੱਕ ਦੇਸੀ ਕੱਟਾ, 315 ਬੋਰ ਅਤੇ 8 ਗ੍ਰਾਮ ਨਸ਼ੀਲਾ ਚਿੱਟਾ ਬਰਾਮਦ ਹੋਇਆ ਹੈ। ਉਹਨਾਂ ਕਿਹਾ ਕਿ ਫੜੇ ਗਏ ਇਸ ਗੈਂਗਸਟਰ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ CA ਸਟਾਫ 1 CA ਇੰਚਾਰਜ 1 ਦੀ ਜਿਹੜੀ ਪੁਲਿਸ ਪਾਰਟੀ ਹੈ, ਇਹ ਪਟਵਾਰਖਾਨਾ ਚੌਂਕ ਨਾਕਾ ਲਾਇਆ ਹੋਇਆ ਸੀਗਾ। ਇਸ ਤੋਂ ਪਹਿਲਾਂ ਮੁਖਬਰੀ ਹੋਈ ਸੀ, ASC ਦਿਨੇਸ਼ ਕੁਮਾਰ ਕੋਲ ਮੁਖਬਰੀ ਹੋਈ ਸੀ ਪੱਠਾ ਚੌਂਕ ਦੇ ਕੋਲ। ਵੀ ਬੰਦੇ ਕੁਛ ਜਿਹੜੇ ਸ਼ਰਾਰਤੀ ਬੰਦੇ ਨੇ ਉਹ ਕਿਸੇ ਬਲੇਰੋ ਗੱਡੀ ਵਿੱਚ, ਜਿਹਨਾਂ ਵੱਲ ਅਸਲ ਹੈਗਾ ਅਤੇ ਉਹ ਘੁੰਮ ਰਹੇ ਨੇ, ਅਤੇ ਉਹਨਾਂ ਕੋਲ ਨਸ਼ੀਲਾ ਪਦਾਰਥ ਵੀ ਹੋ ਸਕਦਾ ਅਤੇ ਉਹ ਕੰਮ ਕਿਤੇ ਜਾ ਸਕਦੇ। ਮੁਖਬਰੀ ਹੋਈ ਸੀ ਉਹਦੇ ਬਿਹਾਰ 'ਤੇ ਨਾਕੇ ਲਗਾਏ ਹੋਏ ਸੀ, ਅਤੇ ਪਟਵਾਰਖਾਨੇ ਚੌਂਕ ਦੇ ਕੋਲ ਜਿਹੜੇ ਨਾਕਾ ਲਾਇਆ ਸੀ ਨਾਕੇ 'ਤੇ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਹੈ ਪੁਲਿਸ ਪਾਰਟੀ ਨੇ ਰੋਕੀ ਚੈਕੇ 'ਤੇ। ਉਹਦੇ 'ਚੋਂ ਗੱਡੀ ਦੇ ਡੈਸ਼ਬੋਰਡ ਵਿੱਚੋਂ ਇੱਕ 32 ਬੋਰ ਪਿਸਤਲ ਅਤੇ 6 ਜਿੰਦਾ ਕਾਰਤੂਸ, ਇੱਕ 315 ਬੋਰ ਦਾ ਕੱਟਾ ਸੀਗਾ ਉਹ ਡੈਸ਼ਬੋਰਡ 'ਚੋਂ ਉਹ ਮਿਲਿਆ ਹੈਗਾ। ਇੱਕ ਜਿਹੜਾ 32 ਬੋਰ ਪਿਸਤਲ ਆਇਆ ਉਹਦੀ ਜੇਬ ਵਿੱਚੋਂ ਬਰਾਮਦ ਹੋਇਆ, ਅਤੇ ਨਸ਼ੀਲਾ ਜਿਹੜਾ ਪਾਊਡਰ ਆ ਉਹ ਜਿਹੜਾ ਉਹਦੇ ਡੈਸ਼ਬੋਰਡ 'ਚ ਮਿਲਿਆ, ਮੋਮੀ ਕਾਂਗ ਦੀ ਜਿੱਪ 'ਚ ਲੱਗੀ ਹੋਈ ਸੀ ਉਹਦੇ ਵਿੱਚੋਂ ਬਰਾਮਦ ਹੋਇਆ। ਅਤੇ ਜਾਂਚ ਦੌਰਾਨ ਕੋਈ ਆਇਆ ਵੀ ਇਹ ਹਥਿਆਰਾਂ ਦਾ ਯੂਜ਼ ਵੀ ਕੀਤਾ ਨਾ, ਕਿਤੇ ਕ੍ਰਾਈਮ ਵੀ ਕੀਤਾ ਨਾ ਨਾਲ? ਇਹ ਬੰਦਾ ਆਲਰੇਡੀ ਇਹਦੇ ਖਿਲਾਫ਼ ਮੁਕਰਮੇ ਦਰਜ ਨੇ, 3-4 ਮੁਕਰਮੇ ਖੰਨੇ ਪੁਲਿਸ ਨਾਲ ਸੰਬੰਧਿਤ ਜਿਹੜੇ ਮੁਕਰਮੇ ਦਰਜ ਨੇ ਲੜਾਈ ਝਗੜੇ ਦੇ। ਇੱਕ ਮੁਕਰਮਾ ਦਰਜ ਆ ਦੁਰਾਈ ਥਾਣੇ ਦਾ ਮੁਕਰਮਾ ਦਰਜ ਆ, ਉਹਦੇ ਵਿੱਚ ਇਹ ਕੋਈ ਸੁਖਵਿੰਦਰ ਇਹਦੀ ਸੋਨੀ ਉਹ ਬਾਕਸ ਗਰੁੱਪ ਦਾ ਹੈਗਾ ਜਿਹੜਾ ਮੇਨ ਮੁਲਜ਼ਮ ਹੈ, ਉਹਨਾਂ ਨਾਲ ਇਹ ਰਿਲੇਟਡ ਹੈ, ਉਹਨਾਂ ਨੂੰ ਇਸ ਵਾਰ ਸਪਲਾਈ ਕਰਦਾ ਅਤੇ ਨਸ਼ੀਲਾ ਪਾਊਡਰ ਵੀ ਸਪਲਾਈ ਕਰਦਾ। ਮੁੱਢਲੀ ਜਾਂਚ ਦੇ ਖਿਲਾਫ਼ ਜਿਹੜੀ ਹੈਗੀ ਆ ਹੋਰ ਕਿੰਨਾ ਕੁ ਕ੍ਰਾਈਮ ਜਿਹੜਾ ਕਿ ਮਰਡਰ ਵੀ ਕੀਤਾ ਕੋਈ ਹੋਰ? ਹਾਂ, ਇਹਦੇ ਖਿਲਾਫ਼ ਝਗੜੇ ਦੇ 3 ਸਾਦੇ ਪਰਚੇ ਦਰਜ ਨੇ, 3 ਝਗੜੇ ਪਰਚੇ ਦਰਜ ਨੇ, ਕ੍ਰਿਮੀਨਲ ਲੜਾਈ ਝਗੜੇ ਕਰਨ ਦਾ ਆਦੀ ਹੈ, ਜੇਲ੍ਹ 'ਚ ਬੰਦ ਰਿਹਾ ਪਹਿਲਾਂ। ਇਹ ਹੋਰ ਵੀ ਇਹ ਤੋਂ ਤਫਤੀਸ਼ ਕੀਤੀ ਜਾ ਰਹੀ ਹੈ, ਜੇ ਕੋਈ ਹੋਰ ਕਵਰੀ ਹੁੰਦੀ ਹੈ ਇਹਦੇ ਖਿਲਾਫ਼ ਜਬਰਦਸਤੀ ਕਾਰਵਾਈ ਕੀਤੀ ਜਾਏ। ਹੁਣ ਕੀ ਕਾਰਵਾਈ ਕੀਤੀ ਗਈ ਇਹਦੇ ਖਿਲਾਫ਼? ਹਾਂ, ਇਹਦੇ ਖਿਲਾਫ਼ ਇਹ ਪਰਚਾ ਦਰਜ ਕਰ ਲਿਆ ਇਹਦੇ ਖਿਲਾਫ਼, ਜਿਹੜੀ ਪਿਸਤਲ ਅਤੇ ਇੱਕ ਜਿਹੜਾ 315 ਉਹਦਾ ਕੱਟਾ ਬਰਾਮਦ ਹੋਇਆ, ਨਸ਼ੀਲਾ ਪਾਊਡਰ ਬਰਾਮਦ ਹੋਇਆ, ਉਹਦੇ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ। ਫਿਰ ਕਬੀ ਕਰੋ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।